ਜਿਵੇਂ ਜਿਵੇਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ, ਦਿੱਲੀ 'ਚ ਬਿਆਨਬਾਜ਼ੀ ਵੀ ਉਂਝ ਹੀ ਤੇਜ਼ ਵੱਧਦੀ ਜਾ ਰਹੀ ਹੈ। ਭਾਜਪਾ ਨੇ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਹੈ। ਕੇਂਦਰੀ ਮੰਤਰੀ ਤੇ ਦਿੱਲੀ ਚੋਣਾਂ ਦੇ ਪਾਰਟੀ ਇੰਚਾਰਜ ਪ੍ਰਕਾਸ਼ ਜਾਵੜੇਕਰ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਨੇ ਖੁਦ ਕਿਹਾ ਸੀ ਕਿ ਉਹ ਅਰਾਕਜਵਾਦੀ ਹਨ। ਅਰਾਕਜਵਾਦੀ ਅਤੇ ਅੱਤਵਾਦੀ 'ਚ ਕੋਈ ਫਰਕ ਨਹੀਂ ਹੈ। ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਇੱਥੇ ਜੋ ਵੀ ਦਿੱਲੀ ਦੇ ਲੋਕ ਉਹਨਾਂ ਦੇ ਪੱਖ 'ਚ ਸੀ, ਉਹ ਪਿੱਛੇ ਹਟ ਗਏ ਹਨ। ਇਸ ਦਾ ਕੀ ਕਾਰਨ ਹੈ? ਕਾਰਨ ਇਹ ਹੈ ਕਿ ਕੇਜਰੀਵਾਲ ਹੁਣ ਨਿਰਦੋਸ਼ ਤਰੀਕੇ ਦੇ ਨਾਲ ਪੁੱਛ ਰਹੇ ਹਨ ਕਿ ਮੈਂ ਅੱਤਵਾਦੀ ਹਾਂ। ਇਸ ਲਈ ਅੱਤਵਾਦੀ ਹੋਣ ਦੇ ਬਹੁਤ ਸਾਰੇ ਸਬੂਤ ਉਹਨਾਂ ਦੇ ਕੋਲ ਪਏ ਹਨ। ਤੁਸੀਂ ਆਪ ਕਿਹਾ ਹੈ ਕਿ ਮੈਂ ਅਰਾਕਜਵਾਦੀ ਹਾਂ। ਅਰਾਕਜਵਾਦੀ ਤੇ ਅੱਤਵਾਦੀ 'ਚ ਬਹੁਤ ਜ਼ਿਆਦਾ ਅੰਤਰ ਨਹੀਂ ਹੈ। ਜਦੋਂ ਪ੍ਰਕਾਸ਼ ਜਾਵੜੇਕਰ ਨੇ ਇਹ ਬਿਆਨ ਦਿੱਤਾ ਤੇ ਉਹਨਾਂ ਦੇ ਨਾਲ ਮਨੋਜ ਤਿਵਾਰੀ ਵੀ ਮੌਜੂਦ ਸਨ। ਤੁਸੀਂ ਵੀ ਦੇਖੋ ਇਹ ਵੀਡੀਓ। ਯਹਾਂ ਕੀ ਦਿੱਲੀ ਕੀ ਜਨਤਾ ਜੋ उनके पक्ष में खड़ी थी वो भी मुकर गई है, इसका कारण है। और इसलिए केजरीवाल अब एकदम मायूस मासूम चेहरा करके पूछ रहे हैं कि क्या मैं आतंकवादी हूं, यही पूछ रहे ना कि क्या मैं आतंकवादी हूं। तो आतंकवादी हो इसके बहुत सबूत है। आपने खुद कहा था मैं अराजकवादी हूं। अराजकवादी और आतंकवाद में बहुत ज्यादा अंतर नहीं होता।